ਅਸਲਾਮ ਵਾਲੇਕਮ ਰੋਜ਼, ਤੁਸੀਂ ਦੇਖ ਰਹੇ ਪੰਜਾਬੀ ਚੈਨਲ। ਤੁਹਾਡੇ ਸਾਰਿਆਂ ਦਾ ਲਾਈਕ ਮਿਲਦਾ, ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਅਗਰ ਅੱਜ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ। ਲਓ ਜੀ, ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ੍ਹ PTI ਦਾ ਇੱਕ ਜਲਸਾ ਹੋਣ ਵਾਲਾ ਸੀ ਜਿਹੜਾ ਅੱਜ ਸਵੇਰੇ ਉੱਠਦੇ ਹੀ ਵੜ ਗਿਆ। ਹਾਂਜੀ, ਬਲਕਿ ਵੜ ਦਿੱਤਾ ਗਿਆ। ਉਹ ਕਿੱਥੇ ਵੜਿਆ ਉਹ ਕਿਆਦਤ ਨੂੰ ਪੁੱਛਣਾ ਪੈਣਾ ਕਿ ਉਹ ਅੱਗੇ ਪਿੱਛੇ ਕਿਤੇ ਵੜ ਗਿਆ, ਉਹ ਗੁੰਮ ਹੋ ਗਿਆ। ਤਿਆਰੀਆਂ ਪੂਰੀਆਂ ਸੀ, ਹਾਂ, ਅਦਾਲਤ ਨੇ ਵੀ ਇਜਾਜ਼ਤ ਦਿੱਤੀ ਸੀ, ਅਦਾਲਤ ਖੜ੍ਹੀ ਸੀ ਕਿ ਐਸੀ ਦੀ ਤੈਸੀ ਤੁਹਾਨੂੰ ਕੋਈ ਰੋਕ ਜਾਵੇ ਜਾਂ ਕੋਈ ਗ੍ਰਿਫਤਾਰੀ ਤੁਹਾਡੀ ਕਰ ਲਵੇ। ਹਾਂ, ਲੇਕਿਨ ਤੁਹਾਨੂੰ ਪਤਾ ਕਿ ਜਿਹੋ ਜਿਹੀ ਹਕੂਮਤ ਹੈ, ਜਿਹੋ ਜਿਹੇ ਇਹਦਾ ਹਿਸਾਬ ਕਿਤਾਬ ਹੈ, ਬਗੈਰਤ ਦੇ ਬੱਚੇ ਨੇ। ਹਾਂ, ਇਹਨਾਂ ਨੇ ਪੁਲਿਸ ਭੇਜ ਕੇ, ਪੁਲਿਸ ਨੂੰ ਅੱਜ ਕੱਲ੍ਹ ਇੰਝ ਹੀ ਇਸਤੇਮਾਲ ਕਰ ਰਹੇ ਨੇ ਜਿਵੇਂ ਕਿ ਉਹ ਲੱਲੀ ਮੁਸੱਲੀ ਨਹੀਂ ਯੂਜ਼ ਕਰੀਦੇ ਹੁੰਦੇ। ਹਾਂ, ਗਲੀ ਦੇ ਮੁੰਡਿਆਂ ਨੂੰ ਕੋਈ 10 ਰੁਪਈਏ ਦਿਓ ਅਤੇ ਜਾ ਕੇ ਉਹ ਕਿਸੇ ਨੂੰ ਵੀ ਜੁੱਤੀਆਂ ਪਵਾ ਦਿਓ, ਉਹੋ ਜਿਹਾ ਹਿਸਾਬ ਕਰਵਾ ਰਹੇ ਨੇ ਪੁਲਿਸ ਦੇ ਵਿੱਚ। ਅਤੇ ਗਲੀ ਦੇ ਗੁੰਡਿਆਂ 'ਚ ਇਹਨਾਂ ਨੇ ਫਰਕ ਰੱਖਿਆ ਹੀ ਕੋਈ ਨਹੀਂ, ਉਹ ਬਿਲਕੁਲ ਬਦਮਾਸ਼ੀ ਕਰ ਰਹੀ ਹੈ ਪੁਲਿਸ। ਉਹ ਆ ਕੇ ਉਹਨਾਂ ਉੱਥੇ ਬਦਮਾਸ਼ੀ ਕੀਤੀ, ਇਹ ਕਹਿਣ ਲੱਗ ਗਏ ਕਿ ਚਲੋ ਜੀ ਦੇਖੋ ਜੀ ਅਸੀਂ ਕੋਈ ਤਰਲਾ ਮਿੰਤ ਕਰ ਲਾਂਗੇ। ਹਾਂ, ਹਾਲਾਂਕਿ ਯਕੀਨ ਕਰੋ ਇਹ ਗੱਲ ਸੱਚੀ ਹੈ, ਸਦੀਕ ਜਾਨ ਨੇ ਇਹ ਗੱਲ ਕੀਤੀ ਸੀ ਕਿ ਬਈ 10,000 ਬੰਦਾ ਅਗਰ ਉਸ ਜਗ੍ਹਾ 'ਤੇ ਆ ਗਿਆ ਨਾ, ਉਹ ਇਸ ਜਗ੍ਹਾ 'ਤੇ ਇਸ ਤਰ੍ਹਾਂ ਦੀ ਜਗ੍ਹਾ ਕਿ ਪੁਲਿਸ ਵਾਲਿਆਂ ਦਾ ਕੋਈ ਪਿਓ ਵੀ ਨਹੀਂ ਤੁਹਾਨੂੰ ਰੋਕ ਸਕਦਾ। ਹਾਂ, ਹਕੂਮਤ ਪੂਰੀ ਵੀ ਲੱਗ ਜਾਵੇ ਨਾ, ਤੁਹਾਨੂੰ ਰੋਕ ਨਹੀਂ ਸਕਦੀ ਜਲਸਾ ਕਰਨ ਤੋਂ, ਬੰਦੇ ਆਉਣ ਦਿਓ, ਜਲਸਾ ਹੋਣ ਦਿਓ ਇੱਥੇ। ਲੇਕਿਨ PTI ਦੀ ਕਿਆਦਤ ਤੁਹਾਨੂੰ ਪਤਾ ਕਿ ਵੜੀ ਪਈ ਹੈ, ਥੱਲੇ ਲੱਗੀ ਪਈ ਹੈ। ਹਾਂਜੀ, ਉਹਨੇ ਸਵੇਰੇ ਉੱਠਦੇ ਹੀ ਐਲਾਨ ਕਰਤਾ ਕਿ ਬਈ ਸੁੱਤੀ ਉੱਠੀ ਹਾਂ, ਵਾਲ ਖਿਲਣੇ ਨੇ। ਹਾਂ, ਅਤੇ ਜਲਸਾ ਮਨਸੂਖ ਹੈ। ਹਾਂ, ਜਲਸਾ ਮਨਸੂਖ ਹੈ। ਹਾਂਜੀ, ਇਹ ਹਜੇ ਜਿਹੜੇ ਨਾ ਛਿੱਤਰ ਪਰੇਡ ਹੋ ਹੀ ਰਹੀ ਸੀ ਇਹ ਕਿਆਦਤ ਦੀ, ਮੌਜੂਦਾ ਕਿਆਦਤ ਦੀ, ਇਹ ਜਿਹੜੇ ਗਿੱਦੜ ਨੇ ਨਾ। ਹਾਂ, ਇਹ ਸ਼ੇਰਾਂ ਦੀ ਕਿਆਦਤ ਗਿੱਦੜ ਕਰ ਰਹੇ ਨੇ, ਯਕੀਨ ਕਰੋ। ਆਵਾਮ ਸ਼ੇਰ ਹੈ, ਬੱਬਰ ਸ਼ੇਰ। ਔਰ ਅੱਜ ਜਿਵੇਂ ਇਹਨਾਂ ਨੇ ਕਿਹਾ ਮੁਲਤਵੀ ਕੀਤਾ ਨਾ, ਹਰ ਜਗ੍ਹਾ 'ਤੇ ਉਹਨਾਂ ਨੇ ਰੈਲੀਆਂ ਸ਼ੁਰੂ ਕਰਤੀਆਂ ਆਪਣੇ ਤੌਰ 'ਤੇ ਹੀ। ਹਾਂ, ਜਿਹੜਾ ਜਿਹੜਾ ਵੀ ਜਿਸ ਇਲਾਕੇ ਦਾ ਲੀਡਰ, ਉਹਨੇ ਆਪਣੀ ਰੈਲੀਆਂ ਸ਼ੁਰੂ ਕਰਤੀਆਂ ਕਿ ਲਓ ਫੜੋ ਫਿਰ ਕਿਆਦਤ, ਜੇ ਪਕੌੜੇ ਲੱਗੀ ਪਈ ਹੈ ਅਸੀਂ ਤਾਂ ਨਹੀਂ ਲੱਗੇ ਪਏ, ਅਸੀਂ ਤਾਂ ਕਰਾਂਗੇ ਰੈਲੀਆਂ। ਰੈਲੀਆਂ ਛੱਡਣੀਆਂ ਸ਼ੁਰੂ ਹੋ ਗਈਆਂ ਨੇ। ਹਾਲਾਂਕਿ ਸਾਰੀ ਜਿਹੜੀ ਇਹ ਜੋ ਤਵਾ ਲੱਗ ਰਿਹਾ ਸੀ ਨਾ ਇਹ ਕਿਆਦਤ ਦਾ, ਇਹ ਤਾਂ ਲੱਗ ਹੀ ਰਿਹਾ ਸੀ। ਲੇਕਿਨ ਇੱਕਦਮ ਇੱਕ ਬੰਦਾ ਵਿੱਚ ਆਇਆ, ਉਹਨੇ ਸਾਰੇ ਛਿੱਤਰਾਂ ਦਾ ਰੁੱਖ ਆਪਣੇ ਵੱਲ ਕਰ ਲਿਆ। ਹਾਂ, ਬਸ ਚੰਗਾ ਭਲਾ ਬਈ, ਉਹ ਉਹਨਾਂ ਨੂੰ ਪੈਂਡੀਆਂ ਨੇ ਹਰ ਪਾਸੇ, ਲੇਕਿਨ ਨਹੀਂ। ਹਾਂਜੀ, ਇੰਟਰਵਿਊ ਇੱਕ ਨਿਕਲ ਕੇ ਆਇਆ, ਉਹ ਆਇਆ ਸ਼ੇਰ ਅਫਜ਼ਲ ਮਰਵਤ ਦਾ, ਔਰ ਸ਼ੇਰ ਅਫਜ਼ਲ ਮਰਵਤ ਨੇ ਉਹ ਬਗੈਰਤੀ ਕੀਤੀ ਹੈ, ਉਹ ਬਗੈਰਤੀ ਕੀਤੀ ਹੈ, ਯਕੀਨ ਕਰੋ ਕਿ ਦਿਲ ਕਰ ਰਿਹਾ ਅੱਜ ਜਿੰਨੀਆਂ ਵੀ ਗਾਲਾਂ ਨੇ ਨਾ, ਹਾਂ ਮੈਂ ਕੱਢ ਦਿਆਂ, ਲੇਕਿਨ ਫਿਰ ਵੀ ਮੈਂ ਗਾਲਾਂ ਗੁਲਾਂ ਨਹੀਂ ਕੱਢਦਾ। ਇੰਨਾ ਕਹਾਂਗਾ ਕਿ ਇਹ ਵੀ ਬਹੁਤ ਵੱਡਾ ਫਿਰ ਦਵਰਦੱਲਾ ਸਾਬਤ ਹੋਇਆ ਕਿ ਇਸ ਖਾਨ ਵੀ ਪੈ ਗਿਆ। ਅੰਦਾਜ਼ਾ ਕਰੋ ਯਾਰ, ਕਦੀ ਤੁਸੀਂ ਸੋਚ ਸਕਦੇ ਸੀ ਕਿ ਜਿਸ ਬੰਦੇ ਨੇ ਤੈਨੂੰ ਬਣਾਇਆ, ਤੈਨੂੰ ਕੋਈ ਜਾਣਦਾ ਨਹੀਂ, ਕੋਈ ਗਲੀ ਦਾ ਕੁੱਤਾ ਨਹੀਂ ਸੀ ਜਾਣਦਾ ਤੈਨੂੰ, ਨਹੀਂ ਸੱਚੀ ਗੱਲ ਹੈ, ਮਜ਼ਾਕ ਨਹੀਂ ਕਰ ਰਿਹਾ। ਇਹ ਕੌਣ ਜਾਣਦਾ ਸੀ ਇਹਨੂੰ, ਸ਼ੇਰ ਅਫਜ਼ਲ ਮਰਵਤ ਕੌਣ ਹੈ? ਖਾਨ ਦਾ ਨਾਮ ਇਹਦੇ ਨਾਮ ਦੇ ਨਾਲ ਜੁੜਿਆ, ਇੰਨੇ ਬਹਾਦਰੀ ਦਿਖਾਈ, ਅਸੀਂ ਸਾਰੇ ਇਹਨਾਂ ਨੂੰ ਸਪੋਰਟ ਕੀਤਾ। ਮੈਂ ਆਪ ਬੜ ਚੜ੍ਹ ਕੇ ਮੇਰੇ ਤੁਸੀਂ ਪਿਛਲੇ ਜਾ ਕੇ ਵੀਲੋਗ ਦੇਖੋ, ਜਦੋਂ ਇਹ ਆਇਆ ਅਤੇ ਇਹਨੇ ਵਾਮ ਬਾਹਰ ਕੱਢਦਾ ਸੀ, ਔਰ ਵਾਮ ਇਹਦੇ ਨਾਲ, ਔਰ ਵਾਮ ਬਾਹਰ ਨਿਕਲਦੀ ਸੀ ਖਾਂ ਦੇ ਨਾਂ 'ਤੇ। ਇਹ ਸਮਝਣ ਲੱਗ ਗਿਆ, ਪਤਾ ਨਹੀਂ ਇਹ ਕੱਟਣ ਡਿਆ ਵਾਮ ਨੂੰ ਇਹਦੇ ਨਾਲ। ਉਹ ਖਾਂ ਦੇ ਨਾਂ 'ਤੇ ਅੱਜ ਕੋਈ ਮਸੱਲੇ ਵੀ ਆ ਕੇ ਖੜਾ ਹੋ ਜਾਏ ਨਾ, ਉਹ ਵੀ ਕਰੇ ਕਿ ਖਾਂ ਦਾ ਹੁਕਮ ਹੈ ਕਿ ਨਿਕਲਣਾ ਅੱਜ, ਯਕੀਨ ਕਰੋ ਉਸ ਮਸੱਲੇ ਪਿੱਛੇ ਵੀ ਲੱਖ ਬੰਦਾ ਇਕੱਠਾ ਹੋ ਜਾਏਗਾ। ਹਾਂ, ਇਹਦੀ ਕੀ ਔਕਾਤ ਹੈ ਸ਼ੇਰ ਅਫਜ਼ਲ ਮਰਵਤ ਦੀ? ਲੇਕਿਨ ਫਿਰ ਵੀ ਇਹਨੂੰ ਇੱਜ਼ਤ ਦਿੱਤੀ ਅਸੀਂ ਕਿ ਨਹੀਂ ਯਾਰ, ਬੜਾ ਜੀਦਾਰ ਬੰਦਾ, ਇਹਨੂੰ ਇੱਜ਼ਤ ਦਿਓ। ਅਤੇ ਹੋਇਆ ਕੀ, ਉਹ ਹੁਣ ਆਹਿਸਤਾ ਆਹਿਸਤਾ, ਪਹਿਲੇ ਖਾਂ ਨੇ ਇਹਨੂੰ ਜੋ ਵੀ ਕਿਹਾ ਨਾ, ਜੋ ਵੀ ਕਿਹਾ, ਇਹਨੇ ਖਿਲਾਫ ਵਰਜ਼ੀ ਕੀਤੀ। ਖਾਂ ਨੇ ਕਿਹਾ ਮੌਜੂਦਾ ਕਿਆਦਤ ਜਿਹੜੀ ਹੈ PTI ਦੀ, ਹਾਂ ਇਹਦੇ ਨਾਲ ਲੜਨਾ ਨਹੀਂ ਗਾ, ਆਪਸ 'ਚ ਲੜਾਈ ਨਹੀਂ, ਇਹ ਲੜਦਾ ਰਿਹਾ ਆਪਸ 'ਚ ਲੜਾਈਆਂ। ਔਰ ਇਹੋ ਜਿਹੇ ਬਿਆਨਾਤ ਇਹਨੇ ਦਿੱਤੇ ਕਿ ਖਾਂ ਨੂੰ ਡੈਮੇਜ ਕੀਤਾ, ਪਾਰਟੀ ਨੂੰ ਡੈਮੇਜ ਕੀਤਾ ਇਹਨੇ,
ਹੁਣ ਖੁੱਲ੍ਹ ਕੇ ਗੱਲ ਹੋਣੀ ਹੈ ਨਾ ਹੁਣ, ਕਿਉਂਕਿ ਹੁਣ ਇਹ ਖਾਂ ਦੇ ਖਿਲਾਫ਼ ਆ ਗਿਆ। ਉਹ ਅਸੀਂ ਤਾਂ ਕੋਈ ਆਪਣਾ ਕੋਈ ਪੀਰ ਫਕੀਰ ਜਿਹੜਾ ਨਾ, ਹਾਂ ਕੋਈ ਬੜਾ ਵੱਡਾ ਸਕਾਲਰ ਜਿਹਨੂੰ ਅਸੀਂ ਸੁਣਦੇ, ਉਹ ਖਾਂ ਦੇ ਖਿਲਾਫ਼ ਗੱਲ ਕਰ ਦੇਵੇ ਅਤੇ ਅਸੀਂ ਉਹਦੀ ਢੋਲਕੀ ਵਜਾ ਕੇ ਰੱਖ ਦਈਏ ਅਤੇ ਤੂੰ ਕੀ ਚੀਜ਼ ਹੈ, ਹਾਂ ਹੋਰ ਕਿਹੜਾ ਕੀ ਚੀਜ਼ ਹੈ ਖਾਂ ਤੋਂ ਬਾਅਦ। ਅਤੇ ਲਓ ਜੀ ਇਹ ਇਹਨੇ ਇਹਦਾ ਪਹਿਲੇ ਤੁਸੀਂ ਸੁਣ ਲਵੋ, ਹਾਂ ਫਿਰ ਇਹਦੇ 'ਤੇ ਜਿਹੜੀਆਂ ਪਾਣੀਆਂ ਨੇ ਨਾ ਲੱਖ ਦੀਆਂ ਉਹ ਪਾਉਂਦੇ ਆ, ਦੇਖੋ ਇਹ ਕਿਆ ਕੀ ਹੈ ਇਹਨੇ। ਹੁਣ ਖਾਨ ਨੇ ਮੇਰੇ ਸਾਥ ਜ਼ਿਆਦਾ ਕੀ, ਮੇਰੀ ਬੇਤੌਕੀਰੀ ਕੀ, ਸੱਚ ਬਤਾਏ ਦੁਖੀ ਹੋਏ ਮੁਝੇ, ਮੈਂ ਇਤਨਾ ਦੁਖੀ ਹੁਆ ਔਰ ਤਕਲੀਫ ਹੋਈ ਖਾਨ ਕੇ ਇਨ ਫੈਸਲੋ ਸੇ, ਮੇਰਾ ਕੋਈ ਕਸੂਰ ਨਹੀਂ ਥਾ ਔਰ ਯੇ ਜਿਨ ਲੋਗੋ ਕੀ ਮਾਫੀ ਕੀਆ ਇਨਕੇ ਸਾਥ ਵੀ ਮੇਰਾ ਕੋਈ ਟਸਲ ਨਹੀਂ ਥਾ ਖਾਮ ਖਾਮੇ, ਮਤਲਬ ਇਹ ਸਿਆਸਤ ਮੇਂ ਯੇ ਜੇਲਸੀ ਬਹੁਤ ਜ਼ਿਆਦਾ ਹੈ ਔਰ ਜੇਲਸੀ ਕੀ ਵਜ੍ਹਾ ਸੇ ਔਰ ਖਾਨ ਜੋ ਹੈ ਵੋ ਉਨਕੇ ਯੇ ਜੋ ਫੈਸਲੇ ਥੇ ਉਨਸੇ ਪਾਰਟੀ ਕੋ ਨੁਕਸਾਨ ਹੁਆ, ਬਹੁਤ ਨੁਕਸਾਨ ਹੋ, ਯੇ ਫੈਸਲਾ ਖਾਨ ਹੀ ਨੇ ਕਰਨਾ ਥਾ ਔਰ ਖਾਨ ਨੇ ਤਾਖੀਰ ਕੀ ਹੈ ਕਿ ਲੋਕ ਨਾ ਨਿਕਲੇ, ਅਗਰ ਖਾਨ ਫੈਸਲਾ ਕਰ ਲੇਤਾ ਕਿ ਨਿਕਾਲੋ ਔਰ ਈਦ ਉਲ ਫਿਤਰ ਕੇ ਬਾਅਦ ਨਿਕਾਲੋ ਤੋ ਸਭ ਕੋ ਪਤਾ ਹੋਤਾ ਕਿ ਖਾਨ ਚਾਹਤਾ ਹੈ ਨਿਕਲੋ ਔਰ ਫਰਾਈਜ਼ ਦੇ ਦੀਏ ਲੋਗੋ ਕੋ, ਤੋ ਜਿਨ੍ਹੋਨੇ ਨਿਕਲਨਾ ਤਾਂ ਉਹ ਨਿਕਲ ਜਾਤੇ ਜੋ ਖਾਨ ਕੇ, ਐਸਾ ਵੱਡਾ ਬਗੈਰਤ, ਐਸਾ ਵੱਡਾ ਦਗੜ ਡਲਾ, ਐਸਾ ਵੱਡਾ ਹਰਾਮ ਦਾ ਉਹ ਬਗੈਰਤ ਆਦਮੀ, ਤੂੰ ਖਾਨ ਦੇ ਖਿਲਾਫ਼ ਹੀ ਭੌਂਕਣਾ ਸ਼ੁਰੂ ਕਰ ਦਿੱਤਾ ਕਿ ਖਾਨ ਕਹਿੰਦਾ ਖਾਨ ਨੇ ਮੇਰੇ ਨਾਲ ਬੜਾ ਭੈੜੀ ਕੀਤੀ, ਮੇਰੇ ਨਾਲ ਇੰਜ ਕੀਤਾ, ਮੇਰੇ ਨਾਲ ਉਂਝ, ਉਹ ਖਾਨ ਦੇਖ ਕਿੱਥੇ, ਉਹ ਆਪਣੇ ਘਰ 'ਚ ਬੈਠਾ ਖਾਨ, ਉਹ ਸਾਰੀ ਕੌਮ ਵਾਸਤੇ ਇਸ ਗਰਮੀ ਦੇ ਵਿੱਚ ਇਹ 50 ਡਿਗਰੀ ਦੇ ਵਿੱਚ ਬੈਠਾ ਜੇਲ੍ਹ 'ਚ, ਜਿਹੜਾ ਤੰਦੂਰ ਹੈ ਉਹ ਤੰਦੂਰ ਦੇ ਵਿੱਚ ਲਿਟਰਲੀ ਬੈਠਾ ਆਪਣੀ ਕੌਮ ਦੀ ਖਾਤਰ ਹੈ, ਅਜ਼ਾਬ ਭੁਗਤ ਰਿਹਾ ਅਤੇ ਤੂੰ ਗਿਲੇ ਸ਼ਿਕਵੇ ਉਸ ਦੇ ਬੰਦੇ ਨਾਲ ਕਰ ਰਿਹਾ। ਉਹ ਅੱਲਾਹ ਦੀ ਕਸਮ ਹੈ, ਉਹ ਅਗਰ ਕੋਈ ਸੱਚੀ ਮੁੱਚੀ ਦਾ ਸ਼ਿਕਵਾ ਕਿਸੇ ਨੂੰ ਹੋਵੇ ਵੀ ਨਾ, ਉਹ ਵੀ ਕਹਿੰਦਾ ਕਿ ਯਾਰ ਉਹ ਕੁਛ ਵੀ ਨਹੀਂ ਹੈ, ਉਹ ਜੋ ਖਾਂ ਕੱਟ ਰਿਹਾ ਸਾਡੇ ਵਾਸਤੇ ਪੂਰੀ ਕੌਮ ਵਾਸਤੇ, ਅਸੀਂ ਤਾਂ ਜ਼ਮੀਨ ਖੁੱਲ੍ਹੇ ਔਰ ਬੰਦਾ ਅੰਦਰ ਦਫਨ ਹੋ ਜਾਵੇ, ਮੂੰਹ 'ਚੋਂ ਅਲਫਾਜ਼ ਨਾ ਨਿਕਲਣ ਉਹਦੇ ਕੁਛ ਸ਼ਿਕਾਇਤ ਦੇ ਖਾਂ ਦੇ ਖਿਲਾਫ਼। ਇਹ ਖਾਂ ਦੇ ਖਿਲਾਫ਼ ਬਕਵਾਸ ਕਰਨ ਡਿਆ, ਉਹ ਕਹਿ ਰਿਹਾ ਕਿ ਜੀ ਜੈਲਸੀ ਜੀ ਵਜ੍ਹਾ ਤੋਂ ਜਿਹੜਾ ਨਾ ਉਹ ਖਾਂ ਨੇ ਮੈਨੂੰ ਜਿਹੜਾ ਨਾ ਉਹ ਮੇਰੇ ਨਾਲ ਐਸ ਸਲੂਕ ਕੀਤਾ, ਮੈਂ ਐਂ ਸਲੂਕ, ਉਹ ਜਲਸੇ ਸਾਰੇ ਖਾਂ ਦੀ ਵਜ੍ਹਾ ਤੋਂ ਮਨਸੂਖ ਹੋ ਰਹੇ ਨੇ ਔਰ ਖਾਂ ਦੀ ਵਜ੍ਹਾ ਤੋਂ ਪਾਰਟੀ ਨੂੰ ਨੁਕਸਾਨ ਹੋਇਆ। ਯਾਰ ਇਹ ਐਡਾ ਵੱਡਾ ਕੰਜਰ, ਐਡਾ ਵੱਡਾ ਬਗੈਰਤ, ਤੂੰ ਦਗੜ ਦਿਲਿਆ, ਤੈਨੂੰ ਇੱਜ਼ਤ ਰਾਸ ਨਹੀਂ ਆਈ, ਇਹ ਉਹ ਸਭ ਪੇ ਜਿਹੜਾ ਪੀ ਟੀ ਆਈ ਨੇ ਪਾਲਿਆ, ਇਹ ਉਹ ਸਭ ਪੇ ਫਨੀਅਰ ਜਿਹੜਾ ਫੰਡ ਖਿਲਾ ਕੇ ਆਪਣੇ ਮਾਲਕ ਅੱਗੇ ਹੀ ਖਲੋ ਗਿਆ, ਜਿਹਦੀ ਪਾਰਟੀ ਹੈ ਉਹ ਜਿਹੜਾ ਕੌਮ ਦੀ ਖਾਤਰ ਅਜ਼ਾਬ ਭੁਗਤ ਰਿਹਾ ਜੇਲ੍ਹ 'ਚ ਬੈਠਾ, ਉਹ ਜਿਹੜਾ ਅੱਜ ਵੀ ਡਟ ਕੇ ਖੜਾ ਕੌਮ ਜਿਹਦੇ ਪਿੱਛੇ, ਤੂੰ ਉਹਨੂੰ ਕਹਿ ਰਿਹਾ ਕਿ ਉਹਨੇ ਆਪਣੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ, ਤੂੰ ਮਾਮਾ ਲੱਗਦਾ, ਮੈਂ ਕੁਝ ਯਕੀਨ ਕਰੋ ਛਿੱਤਰ ਨਹੀਂ ਆਇਆ, ਨਹੀਂ ਤਾਂ ਮੈਂ ਚੁੱਕ ਕੇ ਛਿੱਤਰ ਸ਼ੁਰੂ ਹੋ ਜਾਂਦਾ ਤੇ ਬਗੈਰਤ ਦੇ। ਐਸਾ ਵੱਡਾ ਬਗੈਰਤ ਆਦਮੀ ਹੈ, ਇੰਨੀ ਤੈਨੂੰ ਇੱਜ਼ਤ ਮਿਲੀ, ਤੈਨੂੰ ਰਾਸ ਨਾ ਆਈ, ਬਗੈਰਤਾ, ਦੋ ਨੰਬਰ ਹਰਾਮ ਦਿਆ, ਇਹ ਯਕੀਨ ਕਰੋ ਸੱਪਾਂ ਨੂੰ ਦੁੱਧ ਪਿਆਇਆ, ਹੋਰ ਕੁਛ ਨਹੀਂ। ਔਰ ਪੀ ਟੀ ਆਈ ਦਾ ਜਿਹੜਾ ਵੀ ਹੁਣ ਜਿਹੜਾ ਨਾ ਸਿਰਫ ਇਸ ਕਰਕੇ ਕਿ ਉਹ ਸ਼ੇਰ ਅਫਜ਼ਲ ਮਰਵਤ ਹੈ ਜਿਹੜਾ ਨਾ ਸ਼ੁਦਾਈ ਹੈ, ਉਹਦਾ ਫੈਨ ਹੈ, ਉਹਨੂੰ ਫਿਰ ਸ਼ੇਰ ਅਫਜ਼ਲ ਮੁਬਾਰਕ, ਕਿਉਂਕਿ ਹੁਣ ਇਹ ਖੁੱਲ੍ਹ ਕੇ ਖਾਂ ਦੇ ਖਿਲਾਫ਼ ਆ ਗਿਆ, ਖਾਂ ਦੇ ਖਿਲਾਫ਼ ਅਸੀਂ ਕੋਈ ਗੱਲ ਨਹੀਂ ਸੁਣ ਰਹੀ। ਭਾਅ ਜੀ ਪੀ ਟੀ ਆਈ ਜਾਂ ਪੀ ਟੀ ਆਈ 'ਚ ਜੋ ਵੀ ਹੈ, ਅਗਰ ਉਹ ਖਾਂ ਦੇ ਖਿਲਾਫ਼ ਇਹਦੀ ਬਕਵਾਸ ਸੁਣਦਾ ਔਰ ਸੁਣ ਕੇ ਉਹਨੂੰ ਮੰਨਦਾ, ਉਹ ਵੀ ਇਹਦੇ ਵਰਗਾ ਦਗੜ ਦੱਲਾ, ਉਹ ਵੀ ਸੱਪ ਹੈ ਫਿਰ ਜਾਓ, ਕਿਉਂਕਿ ਖਾਂ ਹੀ ਪੀ ਟੀ ਆਈ ਹੈ, ਖਾਂ ਹੀ ਸਭ ਕੁਛ ਹੈ, ਖਾਂ ਹੀ ਆਖਰੀ ਉਮੀਦ ਹੈ। ਇਹੋ ਜਿਹੇ ਦਗੜ ਦੱਲੇ ਕਈ ਆਏ ਤੇ ਕਈ ਗਏ ਤੇ ਬਾਬਾ ਜੀ ਫਰਮਾਉਂਦੇ ਨੇ ਇਹਦੇ ਬਾਰੇ 'ਚ, ਤੂੰ ਸਭ ਤੋਂ ਵੱਡਾ ਜ਼ਲੀਲ ਹੈ ਕਾਇਨਾਤ, ਅਜ਼ਲੁਲ ਅਜ਼ਲੇ ਤੋਂ, ਹਾਂ ਜ਼ਲੀਲਾਂ ਤੋਂ ਵੀ ਤੂੰ ਵੱਡਾ ਜ਼ਲੀਲ ਹੈ, ਇੱਥੇ ਰੱਖ, ਬਿਲਕੁਲ ਜ਼ਲੀਲ ਤਰੀਨ ਆਦਮੀ ਹੈ, ਬੜਾ ਬਗੈਰਤ ਆਦਮੀ ਹੈ,
ਹਾਂ ਔਰ ਬਾਬਾ ਜੀ ਨੇ ਬਸ ਨਹੀਂ ਕੀਤੀ, ਬਾਬਾ ਜੀ ਨੇ ਇਹਦੇ ਬਾਰੇ ਕੁਛ ਹੋਰ ਵੀ ਫਰਮਾਇਆ, ਉਹ ਵੀ ਸੁਣ ਲਵੋ। ਤੇਰੇ ਜੰਮੇ ਤੇ ਲਾਲਤ, ਤੇਰੇ ਖਾਦੇ ਤੇ ਲਾਲਤ, ਤੇਰੇ ਪੀਤੇ ਤੇ ਲਾਲਤ, ਤੇਰੇ ਵੱਡੇ ਹੋਏ ਤੇ ਲਾਲਤ, ਤੇਰੀ ਸ਼ਾਦੀ ਤੇ ਲਾਲਤ, ਤੇਰੀ ਜ਼ਮੀ ਤੇ ਲਾਲਤ, ਤੇਰੇ ਉੱਠਣੇ ਤੇ ਬਾਣੇ ਤੇ ਖਾਣੇ ਤੇ ਪੀਣੇ ਤੇ ਰੋਣੇ ਤੇ ਸੋਣੇ ਤੇ ਹੱਸਣੇ ਤੇ ਬਾਣੇ ਤੇ ਲੱਖ ਦੀ ਲਾਲਤ ਤੇ ਸ਼ੇਰ ਅਫਜ਼ਲ ਮਰਵਾ, ਤੇਰੇ ਜੰਮਣ ਤੇ ਲਾਲਤ ਬਗੈਰਤਾ, ਐਡਾ ਵੱਡਾ ਤੂੰ ਦਗੜ ਦਲਾ ਬਗੈਰਤ, ਇਹਦੇ ਤੇ ਸਾਰੇ ਮਿਲ ਕੇ ਇੱਕ ਇੱਕ ਵਾਰੀ ਜਿਹਨਾਂ ਲੱਖ ਦੀ ਪਾਓ ਇਹਦੇ ਤੇ ਬਗੈਰਤ ਤੇ। ਇਹਨੂੰ ਸ਼ਰਮ ਨਹੀਂ ਆਈ ਕਿ ਖਾਨ ਆ ਇਹੋ ਜਿਹੀ ਗੱਲ ਕਰ ਰਿਹਾ, ਖਾਨ ਦੇ ਬਾਰੇ ਇਹੋ ਜਿਹੀ ਗੱਲ ਕਰ ਰਿਹਾ। ਮੈਂ ਤਾਂ ਯਕੀਨ ਕਰੋ ਦੁਰਾਣਾ ਵੀ ਜਿਹੜਾ ਨਾ ਮੈਨੂੰ ਗੁੱਸਾ ਚੜ੍ਹਦਾ ਇਹਦੀ ਸੁਣ ਕੇ ਇਹਦੇ ਅਲਫਾਜ਼, ਕਿ ਇਹਦੀ ਹਿੰਮਤ ਕਿਵੇਂ ਹੋਈ ਕਿ ਐਡਾ ਵੱਡਾ, ਵਾਕਈ ਖੁਸ਼ ਬੈਠੀ ਹੈ, ਇਹ ਵਾਕਈ ਬੜਾ ਵੱਡਾ ਟਾਊਟ ਹੈ ਬਗੈਰਤ। ਨਹੀਂ ਤਾਂ ਕੋਈ ਵੀ ਖਾਨ ਨਾਲ ਮੁਹੱਬਤ ਕਰਨ ਵਾਲਾ ਬੰਦਾ, ਔਰ ਜਿਹਦੇ ਨਾਲ ਮੁਹੱਬਤ ਹੁੰਦੀ ਨਾ ਉਹਦਾ ਫੈਸਲਾ ਕੋਈ ਸਾਨੂੰ ਪਸੰਦ ਨਾ ਵੀ ਆਵੇ ਨਾ ਤਾਂ ਫਿਰ ਵੀ ਸਰ ਤਸਲੀਮ ਖਮ ਹੁੰਦਾ ਕਿ ਭਾਈ ਇਹ ਮੁਰਸ਼ਦ ਹੈ, ਮੁਰਸ਼ਦ ਦਾ ਫੈਸਲਾ ਸਿਰ ਅੱਖਾਂ 'ਤੇ ਹੈ।